ਕਾਂਗਰਸ ਪਾਰਟੀ ਦੇ ਵੱਲੋਂ ਜਲੰਧਰ ਵੈਸਟ ਹਲਕੇ ਦੇ ਵਿੱਚ ਪੂਰੀ ਤਾਕਤ ਜਿਹੜੀ ਝੋਕੀ ਜਾ ਰਹੀ ਹੈ। ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੁਸੀਂ ਦੇਖ ਸਕਦੇ ਹੋ ਇੱਥੇ ਜਿਹੜੇ ਲਗਾਤਾਰ ਇੱਥੇ ਪ੍ਰਚਾਰ ਕਰ ਰਹੇ ਸੀ। ਰਾਜਾ ਵੜਿੰਗ ਸਾਹਿਬ ਲਗਾਤਾਰ ਡਟੇ ਹੋਏ ਨੇ। ਵੜਿੰਗ ਸਾਹਿਬ, ਸਭ ਤੋਂ ਪਹਿਲਾਂ ਅੱਜ ਸੁਬਾਹ ਅੱਜ ਇੱਕ ਕੋਠੀ ਖਾਲੀ ਕਰਨ ਦਾ ਇੱਕ ਨੋਟਿਸ ਆਇਆ ਆਪ ਜੀ ਨੂੰ, ਕਿਹੜੀ ਜਿਹੜੀ ਉਹ ਜਿਹੜੀ MLA ਵਜੋਂ ਨਾਲ, ਚਲੋ ਉਹਦੇ ਕੋਈ ਨਹੀਂ, ਤੁਸੀਂ MP ਬਣ ਕੇ ਨਾ ਮਿਲ ਵੀ ਜਾਣੀ ਆ ਅੱਜ ਕੰਮ ਤੇ, ਉਹਦੀ ਚਰਚਾ ਕਿਉਂ ਨਹੀਂ ਕਰਵਾਈ? ਉਹ ਨਹੀਂ, ਚਰਚਾ ਹੁੰਦੀ ਹੈ ਵਿਦਆਊਟ ਚਰਚਾ, ਕੋਈ ਗੱਲ ਹੀ ਨਹੀਂ ਬਣਦੀ। ਵੜਿੰਗ ਦੀ ਚਰਚਾ ਹੋਣੀ ਜ਼ਰੂਰੀ ਹੈ। ਵੜਿੰਗ ਸਾਹਿਬ, ਕੀ ਹਾਲ ਹੈ? ਇੱਥੇ ਜਲੰਧਰ ਦੇ ਮੋਤਬਾਰ ਸੱਜਣਾ ਨੂੰ ਜਿਹੜੇ ਨੇ ਵੜਿੰਗ ਸਾਹਿਬ ਮਿਲ ਰਹੇ ਨੇ, ਅਸੀਂ ਨੌਜਵਾਨ ਸਾਥੀਆਂ ਨੂੰ ਤੇ ਵੜਿੰਗ ਸਾਹਿਬ ਦੇ ਨਾਲ 2 ਮਿੰਟ ਅਸੀਂ ਜਿਹੜੀ ਹੈ ਗੱਲ ਆਪਣੀ ਜਿਹੜੀ ਵਧਾਉਂਦੇ ਆ। ਤਾਂ ਵੜਿੰਗ ਸਾਹਿਬ, ਮੈਡਮ ਜਿਹੜੇ ਸੁਰਿੰਦਰ ਕੌਰ ਨੇ, ਉਹਨਾਂ ਦੀ ਕੰਪੇਨ ਜਿਹੜੀ ਹੈ ਕਿੱਥੋਂ ਤੱਕ ਪਹੁੰਚੀ ਹੈ ਔਰ ਕਿਵੇਂ ਦੀ ਚੱਲ ਰਹੀ ਹੈ? ਕਿਉਂਕਿ ਤੁਸੀਂ ਤੱਕ ਯਾਰ ਕੋਈ ਇੱਥੋਂ ਦਿੱਲੀ ਥੋੜ੍ਹੀ ਜਾ ਰਹੀ ਸੀ ਗੱਡੀ, ਚੰਡੀਗੜ੍ਹ ਤੋਂ ਜਾਣੀ ਕਿ ਨਹੀਂ? ਕਹਿਣ ਦਾ ਮਤਲਬ ਕੰਪੇਨ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਸੋਹਣੀ ਚੱਲ ਰਹੀ ਹੈ ਔਰ ਵੱਡੇ ਮਾਰਜਨ ਦੇ ਨਾਲ। ਮੇਰੀ ਗੱਲ ਲਿਖ ਲਾ, ਅੱਜ ਮੈਂ ਕਿਹਾ ਸੀਗਾ ਕਿ ਜਿਹਨੇ ਜ਼ੋਰ ਲਾਉਣਾ ਲਾਲੇ ਰਾਜਾ ਵੜਿੰਗ ਜਿੱਤੂਗਾ। ਮੈਂ ਕਿਹਾ ਸੀ ਵੀ ਬਾਦਲ ਵਾਲੇ ਐਤਕੀ ਕੋਈ ਨਹੀਂ ਜਿੱਤਦਾ। ਮੈਂ ਕਿਹਾ ਸੀਗਾ ਵੀ 13 ਨਹੀਂ ਆਉਂਦੀਆਂ ਮਾਨ ਸਾਹਿਬ ਤੇ। ਹੁਣ ਮੈਂ ਇਹ ਕਹਿ ਰਿਹਾ ਕਿ ਵੱਡੇ ਫਰਕ ਦੇ ਨਾਲ ਬੀਬੀ ਸੁਰਿੰਦਰ ਕੌਰ ਕੰਫਰਟੇਬਲ ਮਾਰਜਨ ਦੇ ਨਾਲ ਅਸੀਂ ਜਿੱਤਾਂਗੇ। ਕਿਸੇ ਨਾਲ ਸਾਡਾ ਕੋਈ ਮੁਕਾਬਲਾ ਨਹੀਂ ਹੈ। ਜਿਹੜੇ ਥੱਲੇ ਚੁਣਾਵ ਲੜ ਰਹੇ ਨੇ ਉਹ ਦੂਜੇ ਚੌਥੇ ਨੰਬਰ ਦੀ ਲੜਾਈ ਲੜ ਰਹੇ। ਇਹ ਕਹਿ ਰਹੇ ਹੋ? ਯੈਸ। ਵੜਿੰਗ ਸਾਹਿਬ, ਜਿਵੇਂ ਕਿ ਹੁਣ ਜ਼ੋਰ ਦੀ ਗੱਲ ਕੀਤੀ ਹੈ, ਸੀਐਮ ਸਾਹਿਬ ਵਾਰਡ ਵਾਈਜ਼ ਰੈਲੀਆਂ ਕਰ ਰਹੇ ਨੇ, ਇਸ ਨੂੰ ਕਿਵੇਂ ਦੇਖਦੇ ਹੋ? ਮੈਂ ਕਿਹਾ ਸੀਐਮ ਸਾਹਿਬ ਭਾਵੇਂ ਵਾਰਡ ਵਾਈਜ਼ ਨਹੀਂ, ਕਲੋਨੀ ਵਾਈਜ਼ ਕਰ ਲੈਣ, ਘਰ ਵਾਈਜ਼ ਕਰ ਲੈਣ, ਹੁਣ ਕੰਮ ਬਣਨਾ ਨਹੀਂ ਹੈ, ਖਿਲਰ ਗਿਆ ਕੰਮ। ਕਾਰਨ ਇਕੱਠਾ ਹੀ ਨਹੀਂ ਹੋ ਸਕਦਾ। ਜਿਸ ਪ੍ਰਕਾਰ ਦੇ ਹਾਲਾਤ ਬਣ ਗਏ ਹੈ, ਕਈ ਵਾਰੀ ਜਦੋਂ ਸਮਾਨ ਇੰਨਾ ਖਿਲਰ ਜੇ ਨਾ, ਫਿਰ ਜਿੰਨਾ ਮਰਜ਼ੀ ਜ਼ੋਰ ਲਾ ਲਓ ਇਕੱਠਾ ਕਰ ਦਿਓ, ਹੁਣ ਸਮਾਨ ਖਿਲਰ ਗਿਆ ਜਮਾਂ, ਕਹਿੰਦੇ ਕਿ ਹੁਣ ਖਿਲਰ ਗਿਆ ਸਾਰਾ। ਵੜਿੰਗ ਸਾਹਿਬ, ਇੱਕ ਮਿੰਟ ਰੁਕ ਜਾਓ, 2 ਮਿੰਟ ਲੈਣੇ। ਤੁਸੀਂ ਲੋਕਾਂ ਦੇ ਵਿੱਚ ਜਾਂਦੇ, ਸਪੋਰਟਸ ਇੰਡਸਟਰੀ ਬਾਰੇ ਗੱਲ ਕਰਦੇ ਹੋ, ਕਿਉਂਕਿ ਲੋਕ ਇਹ ਤੁਹਾਨੂੰ ਇੱਕ ਤਾਂ ਲੁਧਿਆਣੇ ਦੇ ਮਸਲੇ 'ਤੇ ਤੁਸੀਂ ਚੁੱਕ ਵੀ ਰਹੇ ਹੋ, ਅੱਜ ਸੁਬਾਹ ਵੀ ਲੁਧਿਆਣੇ ਸੀਗੇ, ਲੋਕਾਂ ਨੂੰ ਮਿਲ ਰਹੇ ਸੀ। ਇੱਥੇ ਜਿਹੜੀ ਇੱਕ ਸਪੋਰਟਸ ਇੰਡਸਟਰੀ ਜਾਂ ਦੂਸਰੀ ਚਮੜੇ ਦੀ ਇੰਡਸਟਰੀ ਆ, ਉਸ ਦਾ ਵੀ ਕਾਫੀ ਨੁਕਸਾਨ ਹੋ ਰਿਹਾ। ਯੂਨੀਵਰਸਿਟੀ ਸੀਐਮ ਸਾਹਿਬ 1.5 ਸਾਲ ਪਹਿਲਾਂ ਦੇ ਲੱਗੇ ਹੋਏ ਹੈ, ਹਜੇ ਤੱਕ ਲਿਖਣ ਅਨਾਊਂਸਮੈਂਟ ਨਹੀਂ ਕੀਤੀ। ਕਹਿਣ ਦਾ ਮਤਲਬ ਲੋਕਾਂ ਨੂੰ ਇਹ ਲਾਰਿਆਂ ਦਾ ਪਤਾ ਲੱਗ ਗਿਆ। 1.5 ਸਾਲ ਪਹਿਲਾਂ ਜਦੋਂ ਸੀਐਮ ਸਾਹਿਬ ਇੱਥੇ ਆਏ, ਲੋਕਾਂ ਨੇ ਆਖਿਆ ਕਿ ਪੰਜਾਬ ਦਾ ਮੁੱਖ ਮੰਤਰੀ ਆਇਆ, ਜੋ ਕਹੇਗਾ ਉਹ ਕਰੇਗਾ। ਇਹਨਾਂ ਨੇ ਯੂਨੀਵਰਸਿਟੀ, ਕੇਜਰੀਵਾਲ ਸਾਹਿਬ ਵੀ ਆਏ, ਇਹਨਾਂ ਨੇ ਯੂਨੀਵਰਸਿਟੀ ਦੀ ਗੱਲ ਕੀਤੀ ਕਿ ਅਸੀਂ ਯੂਨੀਵਰਸਿਟੀ ਬਣਾਵਾਂਗੇ, ਅਸੀਂ ਆਹ ਕਰਾਂਗੇ, ਸਾਨੂੰ ਵੋਟਾਂ ਪਾ ਦਿਓ। 2 ਮੁੱਖ ਮੰਤਰੀ ਆਏ ਆ ਤੁਹਾਡੇ ਕੋਲ, ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ। ਲੋਕਾਂ ਨੇ ਰਿੰਕੂ ਨੂੰ ਜਿਤਾ ਤਾ, ਲੋਕਾਂ ਦੀ ਕਹਾਣੀ ਉੱਥੇ ਦੀ ਉੱਥੇ, ਉਦੋਂ ਵੀ ਪਿੱਛੇ ਚਲੇ ਗਏ, ਕਹਿੰਦੇ ਸੀ ਮੈਂ ਇੱਥੇ ਆਪਦਾ ਜਲੰਧਰ ਨੂੰ ਆਪਦਾ ਦੂਜਾ ਘਰ ਬਣਾਵਾਂਗਾ। ਸੋ ਹੁਣ ਚਾਹੇ ਘਰ ਲੈ ਲੈਣ, ਚਾਹੇ ਕੋਠੀ ਲੈ ਲੈਣ, ਚਾਹੇ ਇੱਕ ਡਿਪਟੀ ਸੀਐਮ, ਚਾਹੇ ਇੱਥੋਂ, ਮੈਂ ਕਿਹਾ ਯਾਰ ਭਾਵੇਂ ਹੁਣ ਸੀਐਮ ਬਣਾ ਦੇਣ ਕਿਸੇ ਨੂੰ ਤਾਂ ਵੀ ਗੱਲ ਨਹੀਂ ਬਣ। ਥੈਂਕ ਯੂ। ਤਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਇਸ ਜਗ੍ਹਾ ਤੇ, ਤੁਸੀਂ ਦੇਖ ਸਕਦੇ ਹੋ ਕਿ ਚੋਣ ਪ੍ਰਚਾਰ ਉਹਨਾਂ ਦਾ ਲਗਾਤਾਰ ਅੱਗੇ ਵਧ ਰਿਹਾ ਹੈ। ਸੋਨੂੰ ਢੇਸੀ ਜੀ ਵੀ ਇੱਥੇ ਦੇਖ ਸਕਦੇ ਹੋ। ਤਾਂ ਕਾਂਗਰਸ ਦੀ ਸਾਰੀ ਲੀਡਰਸ਼ਿਪ, ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਕਹਿਣਾ ਹੈ ਕਿ ਦਾਅਵਾ ਉਹਨਾਂ ਨੇ ਕੀਤਾ ਹੈ ਕਿ ਹੁਣ ਜਿੰਨੇ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਇਹਨਾਂ ਦੇ ਕੋਲੋਂ ਜੋ ਇਹਨਾਂ ਦੀ ਜਿਹੜੀ ਹੁਣ ਤਾਣਾ ਬਾਣਾ ਜਿਹੜਾ ਖਿਲਰ ਗਿਆ ਹੈ, ਤਾਂ ਦੁਬਾਰਾ ਇਹ ਪੈਰਾਂ ਸਿਰ ਨਹੀਂ ਹੋ ਸਕਦਾ ਅਤੇ ਕਾਂਗਰਸ ਪਾਰਟੀ ਦਾ ਕਿਸੇ ਨਾਲ ਵੀ ਮੁਕਾਬਲਾ ਨਹੀਂ। ਕਾਂਗਰਸ ਪਾਰਟੀ ਪਹਿਲੇ ਨੰਬਰ 'ਤੇ ਆਏਗੀ। ਦਾਅਵਾ ਉਹਨਾਂ ਨੇ ਕੱਲ੍ਹ ਵੀ ਕੀਤਾ ਸੀ ਕਿ ਹੁਣ ਇਹ ਸਵਾਲ ਪੁੱਛਣ ਦਾ ਕੋਈ ਫਾਇਦਾ ਨਹੀਂ ਹੈ ਕਿ ਜਿਹੜੀ ਹੋਰ ਕੋਈ ਪਾਰਟੀ ਦਾ ਮੁਕਾਬਲਾ ਨਹੀਂ, ਸਿਰਫ ਕਾਂਗਰਸ ਪਾਰਟੀ ਦੀ ਬੀਬੀ ਸੁਰਿੰਦਰ ਕੌਰ ਜਿਹੜੀ ਹੈ ਵੱਡੇ ਮਾਰਜਨ ਦੇ ਨਾਲ ਜਿਹੜੀ ਸੋਈਟੇ ਜਿੱਤੇਗੀ। ਕੈਮਰਾ ਪਰਸਨ ਮੁਕੇਸ਼ ਬਾਬਾ ਦੇ ਨਾਲ ਗਗਨੀ ਫਿਰਮਾ, ਦੈਨਿਕ ਸਵੇਰਾ ਟੀਵੀ, ਜਲੰਧਰ। ਦੇਸ਼ ਦੁਨੀਆ ਕੀ ਹਰ ਖਬਰ ਸਭ ਪਹਿਲੇ ਦੇਖਣੇ ਕੇ ਲਿਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ YouTube, Facebook, Instagram, X और
WhatsApp ਚੈਨਲ ਪਰ।